ਪਟਿਆਲਾ ਦੇ ਰਜਿੰਦਰ ਹਸਪਤਾਲ 'ਚ ਨਵਾਂ ਮਾਮਲਾ ਸੁਰਖੀਆਂ 'ਚ ਆਇਆ। ਬਰਨਾਲਾ ਤੋਂ ਇੱਕ ਔਰਤ ਦੀ ਲਾਸ਼ ਨੂੰ ਲੈ ਕੇ ਪਟਿਆਲਾ ਦੇ ਮੁਰਦਾ ਘਰ ਰਜਿੰਦਰ ਹਸਪਤਾਲ 'ਚ ਪਹੁੰਚਿਆ ਗਿਆ, ਜਿਸ ਦਾ ਪੋਸਟਮਾਰਟਮ ਹੋਣਾ ਸੀ। ਪਰ ਪਟਿਆਲਾ ਦੇ ਰਜਿੰਦਰ ਹਸਪਤਾਲ 'ਚ ਔਰਤ ਦੀ ਲਾਸ਼ ਕਰੀਬ 6 ਘੰਟੇ ਤੱਕ ਐਂਬੂਲੈਂਸ 'ਚ ਘੁੰਮਦੀ ਰਹੀ। ਪਰਿਵਾਰ ਵਾਲਿਆਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਡੀ ਕਿਸੇ ਨਾਲ ਕੋਈ ਲੜਾਈ ਹੋ ਰਹੀ ਹੈ। ਇਹ ਗੱਲ ਰੀਜ਼ਨ ਇਹ ਆ ਜੀ, ਇੱਥੋਂ ਬਾਹਰ ਪਿੰਡ ਬਾਲਦ ਕਲਾਂ ਦੀ ਮੇਰੀ ਸਿਸਟਰ ਵਿਆਹੀ ਹੋਈ ਹੈ, ਉਹਨਾਂ ਦੀ ਲੜਕੀ ਇੱਥੇ ਪਟਿਆਲਾ ਰਣਜੀਤ ਸਿੰਘ ਰਿਟਾਇਰ SHO ਦੇ ਲੜਕੇ ਹਰਮਨ ਸਿੰਘ ਨੂੰ ਵਿਆਹੀ ਹੋਈ ਹੈ ਜੀ, ਜੋ ਕਿ ਨਸ਼ੇ ਪੱਤੇ ਕਰਦਾ ਸੀਗਾ, ਬਹੁਤ ਤੰਗ ਪਰੇਸ਼ਾਨ ਕਰਦਾ ਸੀ ਉਰੇ। ਇਸ ਰੀਜ਼ਨ ਦੇ ਵਿੱਚ ਉਹਨਾਂ ਨੇ UK ਭੇਜਿਆ ਜੀ, ਉਹਨਾਂ ਨੂੰ UK ਉਹਨਾਂ ਨੇ ਮੇਰੀ ਭਾਣਜੀ ਨੂੰ ਵੀ ਸੱਦ ਲਿਆ ਜੀ, ਮੇਰੀ ਭਾਣਜੀ ਦੇ ਇੱਕ ਬੱਚਾ ਜੀ ਮੁੰਡਾ, ਜਦੋਂ UK ਦੇ ਵਿੱਚ ਵੀ ਉਹ ਹੈਰਾਨ ਕਰਦਾ ਰਿਹਾ ਜੀ, ਪਰੇਸ਼ਾਨ ਕਰਦਾ ਰਿਹਾ, ਕੁੜੀ ਦੀ ਕੁੱਟਮਾਰ ਕਰਦਾ ਰਿਹਾ ਜੀ। ਉੱਥੇ ਗਵਾਂਢੀਆਂ ਨੇ ਜੀ ਪੁਲਿਸ ਰਿਪੋਰਟ ਕਰਤੀ, ਪੁਲਿਸ ਵਾਲਿਆਂ ਨੇ ਆ ਕੇ ਜੀ ਉਹਨਾਂ ਨੂੰ ਜਮ੍ਹਾਂ ਆ ਕੇ ਸਹੀ ਦਬੋਚ ਲਿਆ ਜੀ। ਮੇਰੀ ਭਾਣਜੀ ਦੇ ਹੱਥੋਂ ਗਲ ਫੜ ਰੱਖਿਆ ਸੀਗਾ ਅਤੇ ਗੁੱਤਣੀ ਫੜ ਰੱਖੀ, ਕੁੱਟਮਾਰ ਕਰ ਰਿਹਾ ਸੀਗਾ ਜੀ। ਹੁਣ ਉਹ 'ਤੇ ਪਰਚਾ ਹੋ ਗਿਆ ਜੀ, ਉਹ ਅੰਦਰ ਹੈ ਜੀ। ਕੁੜੀ ਉਰੇ ਆਪਣਾ ਹਾਰਨੀਆਂ ਦਾ ਆਪਰੇਸ਼ਨ ਕਰਵਾਉਣ ਆਈ ਸੀ, 20 ਦਿਨਾਂ ਦੀ ਛੁੱਟੀ ਲੈ ਕੇ, ਅਤੇ ਇਹ ਕਹਿੰਦੇ ਜੀ ਇਹ ਪ੍ਰੈਸ਼ਰ ਬਣਾਉਂਦੇ ਨੇ ਜੀ, ਰਣਜੀਤ ਸਿੰਘ ਆ ਜਿਹੜਾ ਲੜਕੇ ਦਾ ਫਾਦਰ ਹੈ, ਮੇਰੇ ਜੀਜਾ ਜੀ ਅਤੇ ਮੇਰੀ ਸਿਸਟਰ ਦੇ ਉੱਪਰ ਪ੍ਰੈਸ਼ਰ ਬਣਾਉਂਦੇ ਨੇ, ਥਾਂ ਥਾਂ 'ਤੇ ਚਿੱਠੀਆਂ ਪਾਉਂਦੇ ਨੇ, ਕਿਤੇ ਕਿਸੇ ਦੇ ਚਿੱਠੀ ਪਾ ਦਿੱਤੀ, ਕਿਤੇ ਕਿਸੇ ਦੇ ਸੰਮਣ ਭੇਜ 'ਤੇ ਵੀ ਉਹ ਕੇਸ ਲੜਕੀ ਨੂੰ ਕਹਿ ਕੇ ਵਾਪਸ ਲਵੇ। ਇਹ ਪ੍ਰੈਸ਼ਰ ਕਾਰਨ ਮੇਰੀ ਸਿਸਟਰ ਦੇ ਡਿਪਰੈਸ਼ਨ ਸੀਗਾ ਜੀ, ਉਹ ਐਕਚੁਅਲੀ ਮੈਂਟਲ ਹੋ ਗਈ, ਉਹ ਪਰੇਸ਼ਾਨ ਰਹਿੰਦੀ ਸੀ ਇਸ ਗੱਲ ਵਿੱਚ ਵੀ ਸਾਡਾ ਕੀ ਬਣੂਗਾ। ਕੱਲ੍ਹ ਇੱਥੇ DSPD ਦੇ ਪੇਸੀ ਸੀ ਜੀ, ਜਦੋਂ ਸਾਰੇ ਸਰਪੰਚ ਸਾਹਿਬ ਵੀ ਨਾਲ ਸੀ, ਬਾਲਦ ਕਲਾਂ ਦੀ ਪੰਚਾਇਤ ਵੀ ਨਾਲ ਸੀ। ਜਦੋਂ ਦਫ਼ਤਰ ਦੇ ਵਿੱਚ ਐਂਟਰ ਹੋਣ ਲੱਗੇ ਤਾਂ ਉਹਨੂੰ ਵੱਧੇ ਬੰਦੇ ਐਂਟਰ ਹੋ ਗਏ, ਤਾਂ ਉਹਨੂੰ ਅਚਨਚੇਤ ਅਟੈਕ ਆ ਗਿਆ ਜੀ, ਅਤੇ ਹਸਪਤਾਲ ਵਿੱਚ ਉਹਨਾਂ ਦੀ ਡੈਥ ਹੋ ਗਈ। ਕਿਹੜੇ ਹਸਪਤਾਲ 'ਚ ਡੈਥ ਹੋਈ ਹੈ ਜੀ? ਰਾਹਤ ਹੋਸਪਿਟਲ ਹੈ ਜੀ ਉਰੇ। ਅਸੀਂ ਇਨਸਾਫ਼ ਮੰਗਦੇ ਹਾਂ ਜੀ, ਸਹੀ ਇਨਸਾਫ਼ ਦਿੱਤਾ ਜਾਵੇ, ਉਹਨਾਂ ਦੇ ਪਰਚਾ ਦਰਜ ਕੀਤਾ ਜਾਵੇ, ਜਿਨ੍ਹਾਂ ਨੇ ਉੱਥੇ ਵੀ ਬਣਦੀ ਉਹਨਾਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸਾਡਾ ਕੋਈ ਪ੍ਰਸ਼ਾਸਨ ਸੁਣਦਾ ਨਹੀਂ, ਜੇ ਅਸੀਂ ਥਾਣੇ 'ਤੇ ਜਾਂਦੇ ਥਾਣੇ ਵਾਲੇ ਨਹੀਂ ਸੁਣਦੇ, ਕਿਤੇ ਵੀ ਸਾਡਾ ਕੁਛ ਨਹੀਂ ਹੁੰਦਾ, ਡੈੱਡ ਬੋਡੀ ਸਾਡੀ ਆ ਰੁਲਦੀ ਫਿਰਦੀ ਆ ਜੀ। ਕੱਲ੍ਹ 5 ਵਜੇ ਦਾ ਇਹ ਡੈੱਥ ਹੋਈ ਹੈ ਜੀ, ਆਹ ਡੈੱਡ ਬੋਡੀ ਆ ਹੁਣ ਰਜਿੰਦਰਾ ਹਸਪਿਟਲ ਦੇ ਵਿੱਚ ਹੁਣ ਵੀ ਰੁਲੀ ਜਾਂਦੀ ਹੈ ਜੀ। ਇਹ ਮੈਡੀਕਲ ਕਹਿੰਦੇ ਜੀ ਮੈਡੀਕਲ ਕਰਾਓ, ਉਦੋਂ ਬਾਅਦ ਪਹਿਲਾਂ FIR ਦਰਜ ਨਹੀਂ ਹੁੰਦੀ ਜੀ, ਪੋਸਟਮਾਰਟਮ ਕਰਾਉਣ ਖਾਤਰ ਆਏ ਸੀ। ਤੁਸੀਂ ਜਿਹੜਾ ਪਹਿਲਾਂ ਕਹਿ ਰਹੇ ਹੋ ਤੁਹਾਡੇ ਜੋ ਮੌਕੇ 'ਤੇ ਫੜਿਆ ਸੀ, ਕਿਹੜੀ ਜਗ੍ਹਾ 'ਤੇ ਤੁਸੀਂ ਸ਼ਿਕਾਇਤ ਕੀਤੀ? ਜਿਹੜੀ ਪਹਿਲਾਂ ਕੰਪਲੇਂਟ ਪਰਚਾ ਦਰਜ ਹੋਇਆ ਕਿਹਦੀ ਜਗ੍ਹਾ 'ਤੇ ਹੋਇਆ? UK 'ਚ ਹੋਇਆ ਜੀ, ਪਟਿਆਲੇ 'ਚ ਨਹੀਂ, ਪਟਿਆਲੇ 'ਚ। ਇਹਦਾ ਮੁੰਡਾ ਅਤੇ ਕੁੜੀ ਦਾ ਆਪਸੀ ਰੀਜਨ ਹੈ ਜੀ। ਤੁਸੀਂ ਡੈੱਡ ਬੋਡੀ ਲੈ ਕੇ ਉਰੇ ਕਿਉਂ ਘੁੰਮ ਰਹੇ ਹੋ? ਅਸੀਂ ਇਨਸਾਫ਼ ਦੀ ਮੰਗ ਕਰ ਰਹੇ ਹਾਂ ਜੀ। ਡੈੱਡ ਬੋਡੀ ਦਾ ਪੋਸਟਮਾਰਟਮ ਕਰਕੇ ਉਹਨਾਂ ਦੇ ਬਣਦੀ ਕਾਰਵਾਈ, ਉਹਨਾਂ ਦਾ ਪਰਚਾ ਪਾਉਣ ਲਈ ਆਏ ਹਾਂ ਜੀ ਉਰੇ। ਪੋਸਟਮਾਰਟਮ ਕੋਈ ਕਰਦਾ ਨਹੀਂ, ਸਾਰਾ ਉੱਧਰੋਂ ਉੱਧਰ ਭੇਜ ਦਿੰਦਾ ਜੀ, ਉੱਧਰੋਂ ਉੱਧਰ ਭੇਜ ਦਿੰਦਾ ਜੀ, ਕੋਈ ਸੁਣਵਾਈ ਨਹੀਂ ਸਾਡੀ ਜੀ। ਉਹ ਕਹਿੰਦੇ ਥਾਣੇ ਵਾਲੇ ਕਹਿੰਦੇ ਉੱਥੇ SHO ਸਾਹਿਬ ASI ਗਿਆ, ਤੁਹਾਡੀ ਉਹਦੇ ਨਾਲ ਗੱਲਬਾਤ ਹੋ ਗਈ, ਇੱਥੇ ਕੋਈ ਨਹੀਂ ਸੁਣਦਾ ਜੀ। ਇਹ ਕਹਿੰਦੇ ਥਾਣੇ ਤੋਂ ਕਟਾ ਕੇ ਲਿਆਓ, ਅਸੀਂ ਫਿਰ ਮੈਡੀਕਲ ਕਰਾਂਗੇ। ਆਹ ਤ੍ਰਿਪੜੀ ਥਾਣਾ ਜੀ, ਹਾਂ ਜੀ, ਉੱਥੋਂ ਅਸੀਂ 10 ਬੰਦੇ ਤ੍ਰਿਪੜੀ ਥਾਣੇ ਵਿੱਚੋਂ ਆਏ ਹਾਂ ਸਰ। ਉਹ ਕਹਿੰਦੇ ਸਾਡੇ ਮੁਲਾਜ਼ਮ ਉੱਥੇ ਗਏ ਹੋਏ ਨੇ, ਤੁਹਾਡੀ ਗੱਲ ਕਰਾ ਦਿੰਦੇ, ਜਾ ਕੇ ਉੱਥੇ ਮੈਡੀਕਲ ਕਰਾਓ ਪੋਸਟਮਾਰਟਮ। ਇੱਥੇ ਕੋਈ ਮੁਲਾਜ਼ਮ ਨਹੀਂ, ਸਾਨੂੰ ਉਹਨਾਂ ਨੇ ਲੋਲੀਪੋਪ ਦੇ ਕੇ ਤੁਰ ਹੋ ਗਏ। ਤੁਸੀਂ ਜਿਹੜਾ ਇੱਥੇ ਖੇਜਲ ਇਹ ਤਾਂ ਸਵੇਰ ਦੇ ਤੁਰੇ ਫਿਰਦੇ ਜੀ, ਕਿਤੇ ਕਿਸੇ ਥਾਣੇ 'ਚ, ਕਿਤੇ ਕਿਸੇ ਥਾਣੇ 'ਚ ਜੀ। ਡੈੱਡ ਬੋਡੀ ਹੁਣ ਐਂਬੂਲੈਂਸ 'ਤੇ ਹੈ ਕਿ ਫ੍ਰੀਜਰ 'ਤੇ ਹੈ? ਫ੍ਰੀਜਰ 'ਤੇ ਨਹੀਂ ਹੈਗਾ, ਕਦੀ ਉਹੀ ਹੈ ਜੀ, ਐਂਬੂਲੈਂਸ 'ਤੇ ਬਾਹਰ ਹੀ ਪਈ ਹੋਈ, ਬਾਹਰ ਹੀ ਪਈ ਹੋਈ ਹੈ ਜੀ। ਕਦ ਤੱਕ ਉਰੇ ਤੁਸੀਂ ਰਹੋਗੇ ਜੀ? ਇੱਦਾਂ ਡੈੱਡ ਬੋਡੀ ਕਿਸੇ ਪ੍ਰਸ਼ਾਸਨ ਹੋਰ ਕਿਸੇ ਨਾਲ ਗੱਲ? ਪ੍ਰਸ਼ਾਸਨ ਸਾਡੀ ਕੋਈ ਗੱਲਬਾਤ ਹੀ ਨਹੀਂ ਸੁਣ ਰਿਹਾ ਜੀ। ਡੈੱਡ ਬੋਡੀ ਤੁਹਾਡੀ ਹਜੇ ਐਂਬੂਲੈਂਸ 'ਚ ਪਈ ਹੈ? ਹਾਂ, ਐਂਬੂਲੈਂਸ 'ਚ ਪਈ ਹੈ ਜੀ।